ਇੱਕ ਤੁਹਾਨੂੰ ਪਤਾ ਹੀ ਉਹ ਵਾਇਰਲ ਹੋ ਰਹੀ ਸੀ ਵੀਡੀਓ, ਬਜ਼ੁਰਗ ਮਾਤਾ ਜੀ ਸਾਡੀ ਮੈਂਬਰ ਨੇ ਗੱਲ ਕਰਾਈ ਸੀ, ਅਤੇ ਉਸ ਸਿਲਸਿਲੇ 'ਚ ਅੱਜ ਆਪਾਂ ਸੁਣਨ ਆਏ ਸੀ ਕਿ ਮਾਤਾ ਜੀ ਬਹੁਤ ਪਰੇਸ਼ਾਨ ਸੀ ਔਰ ਓਵਰਆਲ ਪੂਰੇ ਪੰਜਾਬ 'ਚੋਂ ਹੀ ਬਹੁਤ ਸਾਰੀਆਂ ਕੰਪਲੇਂਟਸ ਆ ਰਹੀਆਂ ਨੇ ਇੱਦਾਂ ਦੀਆਂ, ਅਤੇ ਪਰ ਜੋ ਮਾਤਾ ਜੀ ਨੇ ਬਿਆਨ ਕੀਤਾ ਉਹ ਬੜਾ ਹੀ ਸ਼ਰਮਨਾਕ ਸੀ ਕਿ ਮੈਨੂੰ ਜੋ ਦੱਸਿਆ ਗਿਆ ਫੋਨ 'ਤੇ ਕਿ ਬੇਟੇ ਨੇ ਯੂਰਿਨ ਪਿਲਾਇਆ ਮਾਰਿਆ, ਇਹ ਇਨਸਾਨੀਅਤ ਅਤੇ ਇੱਕ ਵਾਰ ਕੀਤਾ ਜੋ ਅੱਜ ਫਿਰ ਉਹਨਾਂ ਦੇ ਸਰਪੰਚ ਵੀ ਆਏ ਹੋਏ ਸੀ ਪਿੰਡ ਦੇ, ਹੋਰ ਵੀ ਲੋਕ ਆਏ ਹੋਏ ਸੀ, ਮਾਤਾ ਜੀ ਨੂੰ ਸੁਣਿਆ ਅਤੇ ਬੁਰਾ ਲੱਗਾ ਸਾਨੂੰ। ਦੇਖੋ ਜਿਹੜਾ ਇੱਕ ਹੁਣ ਸੱਚਾਈ 'ਤੇ ਬੇਟੇ ਦੇ ਉੱਤੇ ਜੋ ਐਡਮਿਨਿਸਟ੍ਰੇਸ਼ਨ ਦਾ ਕੰਮ ਸੀ ਪ੍ਰਾਇਓਰਿਟੀ ਬੇਸਿਸ 'ਤੇ, ਜਿਵੇਂ ਹੀ ਸਾਡੀ ਨੌਲੇਜ ਵਿੱਚ ਆਇਆ SSP ਸਾਹਿਬ ਨੂੰ ਮੈਂ ਉਸੇ ਦਿਨ ਗੱਲ ਕੀਤੀ, ਉਹਨਾਂ ਨੇ ਵੀ ਉਸੇ ਟਾਈਮ ਇਮੀਡੀਏਟਲੀ ਕਾਰਵਾਈ ਕੀਤੀ, FIR ਕਰ ਦਿੱਤੀ ਗਈ ਅਤੇ ਬਹੁਤ ਅੱਛੇ। ਅੱਗੇ ਵੀ ਮੇਰੀ ਮੋਸਟ ਆਫ ਰੋਜ਼ ਹੀ ਇਹਨਾਂ ਦੇ ਨਾਲ ਗੱਲ ਹੁੰਦੀ ਹੈ ਕਿਉਂਕਿ ਕੋਈ ਨਾ ਕੋਈ ਕੇਸ ਇੱਦਾਂ ਦਾ ਕੰਪਲੇਂਟ ਆਏ ਜਾਂਦੀ ਹੈ, ਅਤੇ ਇਹਨਾਂ ਨੇ ਇਮੀਡੀਏਟਲੀ ਜੋ ਕਰ ਸਕਦੇ ਸੀ। ਪਰ ਹੁਣ ਸੱਚਾਈ 'ਤੇ ਦੇਖੋ, ਜਦ ਤੱਕ ਦੂਸਰੀ ਪਾਰਟੀ ਨੂੰ ਨਾ ਸੁਣੀਏ, ਆਪਾਂ ਕਦੀ ਵੀ ਇੱਕ ਤਰਫਾ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਅੱਜ FIR ਜ਼ਰੂਰ ਹੋ ਗਈ ਹੈ, ਆਉਣਾ ਚਾਹੀਦਾ ਸੀ, ਬੁਲਾਇਆ ਗਿਆ ਸੀ, ਆਪਣਾ ਪਕਸ਼ ਰੱਖਣਾ ਚਾਹੀਦਾ ਸੀ। ਪਰ ਜੋ ਮੌਕੇ 'ਤੇ ਗਵਾਹ ਮੌਜੂਦ ਸੀ, ਜੋ ਮੈਨੂੰ ਸਰਪੰਚ ਹੋਰ ਕੁਛ ਲੋਕ ਹੋਰ ਆਏ ਹੋਏ ਸੀ, ਪ੍ਰੋਮੀਨੈਂਟ ਲੋਕ ਹੀ ਸੀ ਉਹ ਵੀ, ਉਹਨਾਂ ਨੇ ਜੋ ਦੱਸਿਆ ਕਿ ਸੱਚਾਈ ਹੈ। ਪਰ ਹਾਲੇ ਵੀ ਮੈਂ ਇਹੋ ਇੱਕ ਗੱਲ ਵਾਰ ਵਾਰ ਕਹਾਂਗੀ ਕਿ ਜੇ ਤੁਸੀਂ ਇੱਕ ਵੀਡੀਓ ਵਾਇਰਲ ਕਰ ਰਹੇ ਹੋ ਕਿ ਮਾਤਾ ਝੂਠ ਬੋਲ ਰਹੀ ਹੈ, ਚਲੋ ਚਾਹੇ ਜੋ ਝੂਠ ਹੈ ਸੱਚ ਹੈ, ਤੁਸੀਂ ਜੇ ਬਦਨਾਮੀ ਹੋ ਰਹੀ ਹੈ ਤਾਂ ਆਪਣਾ ਪੱਖ 'ਤੇ ਰੱਖੋ ਆ ਕੇ, ਮਾਂ ਮਾਂ ਹੀ ਹੁੰਦੀ ਹੈ। ਔਰ ਮਾਤਾ ਜੋ ਦੱਸ ਰਹੀ ਕਿ 12 ਕਿੱਲੇ ਜ਼ਮੀਨ ਸੀ, 3 ਪੁੱਤਰਾਂ 4-4 ਕਿੱਲੇ ਬਰਾਬਰ ਦੇ ਵੰਡ ਦਿੱਤੇ, ਅਤੇ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ, ਤੁਹਾਨੂੰ ਆਉਣਾ ਚਾਹੀਦਾ ਸੀ ਅੱਜ ਸਾਹਮਣੇ, ਘਰ ਲੋਕ ਲਾ ਕੇ ਭੱਜੇ ਹੋਏ ਨੇ। ਜੇ ਸੱਚਾਈ ਹੈ ਤਾਂ ਸਾਹਮਣੇ ਵੀ ਆਓ, ਚਾਹੇ ਮੈਨੂੰ ਨਾ ਮਿਲਦੇ, SSP ਸਾਹਿਬ ਨੂੰ ਮਿਲਦੇ, ਇੰਨੇ ਅੱਛੇ ਪਟਿਆਲਾ ਨੂੰ ਅਫਸਰ ਮਿਲੇ ਹੋਏ ਨੇ, DC ਸਾਹਿਬ ਨੂੰ ਮਿਲਦੇ, ਗੱਲ ਤਾਂ ਕਰੋ ਸਾਹਮਣੇ ਆ ਕੇ। ਕਿਤੇ ਨਾ ਕਿਤੇ 2 ਸਾਲ ਤੋਂ ਮਾਤਾ ਭਟਕ ਰਹੀ ਹੈ, ਜਿਹੜੇ ਪੁਰਾਣੇ SDM ਰਹੇ ਨੇ ਪੂਰੀ ਜਾਂਚ ਕੀਤੀ ਜਾਏਗੀ। ਮਾਤਾ ਜੀ ਦਾ ਇੱਕ ਆਰੋਪ ਹੈ ਕਿ ਸਰਪੰਚ ਨੇ ਵੀ ਦੱਸਿਆ, ਇੱਕ ਐਡਵੋਕੇਟ ਨੇ ਵੀ ਮੈਨੂੰ ਦੱਸਿਆ ਕਿ 2 ਸਾਲ ਤੋਂ SDM ਦੇ ਪਿੱਛੇ ਘੁੰਮ ਰਹੇ ਹਾਂ, ਅਤੇ ਉਸ SDM ਦਾ ਪੂਰਾ ਰਿਕਾਰਡ ਪਿਛਲਾ ਚੈੱਕ ਕਰਾਂਗੀ ਮੈਂ। SDM ਨਾਭਾ ਜੀ ਜੀ, ਹਾਂ, ਹੁਣ ਇੱਕ ਲੇਡੀ ਆਏ ਨੇ ਅਫਸਰ, ਉਹਨਾਂ ਦੀ ਟ੍ਰਾਂਸਫਰ ਹੋਈ ਹੈ, ਪਰ ਉਹ ਜਿਹੜੇ ਪਿਛਲੇ ਰਹੇ ਨੇ ਮੈਂ ਉਹਨਾਂ ਦਾ ਸਾਰਾ ਰਿਕਾਰਡ ਚੈੱਕ ਕਰਾਂਗੀ, ਕਿੰਨੇ ਕੇਸ ਸੀ ਉਹਨਾਂ ਕੋਲ, ਕਿੰਨੇ ਉਹਨਾਂ ਨੇ ਪਹਿਲ ਦੇ ਆਧਾਰ 'ਤੇ ਕੀਤੇ, ਮਾਤਾ ਦੇ ਨਾਲ ਕਿਉਂ ਨਹੀਂ ਸੁਣਵਾਈ ਕੀਤੀ, ਜੋ ਕਿ ਇੱਕ SDM ਦੇ ਉਹਦੇ 'ਚ ਹੀ ਆਉਂਦਾ, ਉਹਨਾਂ ਦੀ ਹੱਦ ਦੇ 'ਚ ਹੀ ਆਉਂਦਾ। ਜਿਹੜੇ ਡਿਪਟੀ ਕਮਿਸ਼ਨਰ ਹੁੰਦੇ ਨੇ ਸਾਰਾ ਕੁਝ ਉਹ ਨਹੀਂ ਵੇਖ ਸਕਦੇ, ਪੂਰੇ ਜ਼ਿਲ੍ਹੇ ਦਾ ਸ਼ਹਿਰ ਦਾ ਬੜਾ ਪ੍ਰੈਸ਼ਰ ਹੁੰਦਾ, ਬਹੁਤ ਸਾਰੇ ਕੰਮ ਹੁੰਦੇ, ਸਰਕਾਰ ਨੂੰ ਵੀ ਜਵਾਬਦੇਹੀ ਬਣਦੀ ਹੈ, ਅਤੇ SDM ਇਸੇ ਕਰਕੇ ਅਪੁਆਇੰਟ ਕੀਤੇ ਜਾਂਦੇ ਕਿ DC ਸਾਹਿਬ ਨੂੰ ਰਿਪੋਰਟ ਕਰਨ। DC ਸਾਹਿਬ ਨੂੰ ਥੋੜ੍ਹਾ ਪਤਾ ਹੈ ਕਿ ਚਲੋ ਮੀਟਿੰਗ ਇਹਨਾਂ ਦੀ ਹੁੰਦੀ ਰਹਿੰਦੀ ਹੈ, ਪਰ ਹਰ ਕੇਸ 'ਚ ਵੀ ਪਰਸਨਲ ਕੋਈ ਵੀ ਨਾ SSP, DC ਸਾਹਿਬ, ਕਮਿਸ਼ਨ, ਇਹ ਜਿਹੜਾ ਸਮਾਜਿਕ ਤਾਨਾ ਬਣਨਾ ਹੈ, ਸਾਡਾ ਇੱਕ ਲਿਮਿਟਿਡ ਰੋਲ ਹੈ, ਪੁੱਤਰਾਂ ਨੂੰ ਆਪਣੇ ਜਿਹੜਾ ਇਹ ਘਰ ਦਾ ਮਾਹੌਲ ਹੈ, ਪੇਰੈਂਟਸ ਨੂੰ ਵੀ, ਇਹ ਆਪ ਤੁਸੀਂ ਜੇ ਕਾਨੂੰਨ ਦੀ ਹੈਲਪ ਲੈਣਾ ਚਾਹੁੰਦੇ ਹੋ, ਕਾਨੂੰਨ ਦੀ ਵੀ ਆਪਣੀ ਮਰਿਆਦਾ ਨੇ, ਇੱਕ ਲਿਮਿਟ, ਕਿ ਦੋਵੇਂ ਪੱਖਾਂ ਨੂੰ ਸੁਣ ਕੇ ਆਪਾਂ ਜਸਟਿਸ ਕਰੀਏ। ਪੂਰੇ ਪੰਜਾਬ ਵਿੱਚ ਹੀ ਹੈ, ਖਾਲੀ ਪਟਿਆਲਾ ਹੀ ਕਿਉਂ, ਮੈਂ ਤਾਂ ਪੂਰੇ ਪੰਜਾਬ ਦੀ ਗੱਲ ਕਰਾਂਗੀ, ਸ਼ਿਕਾਇਤਾਂ ਆ ਰਹੀਆਂ ਨੇ। ਪਰ ਆਪਾਂ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਕਿ ਇੱਦਾਂ ਦਾ ਕੋਈ ਪੈਨਲ ਬਣਾ ਲਏ ਜਿਹਦੇ ਥੱਲੇ ਜਿਹੜੇ ਜੈਨੂਅਨ ਲੋਕ ਨੇ, ਹਰ ਚੀਜ਼ ਵਿੱਚ, ਹਰ ਪ੍ਰੋਫੈਸ਼ਨ ਵਿੱਚ ਜੈਨੂਅਨ ਲੋਕ ਦੇ ਨਾਲ ਕੁਛ ਇੱਦਾਂ ਦੇ ਲੋਕ ਵੀ ਹੁੰਦੇ ਨੇ ਜਿਹੜੇ ਪੰਜਾਬ ਦੇ ਭੋਲੇ ਵਾਲੇ ਲੋਕਾਂ ਨੂੰ ਤੰਗ ਕਰਦੇ ਨੇ, ਮਿਸਯੂਜ਼ ਕਰਦੇ ਨੇ। ਹੁਣ ਮੇਰੇ ਨਾਮ 'ਤੇ ਹੀ ਬਹੁਤ ਸਾਰੇ ਲੋਕ ਵੀਡੀਓ ਬਣਾਈ ਜਾ ਰਹੇ ਨੇ, ਫੋਨ ਦਿਖਾ ਕੇ ਮੈਡਮ ਨਾਲ ਗੱਲ ਕਰ ਰਹੇ ਹਾਂ, ਅਤੇ ਹੁਣ ਪੰਜਾਬ ਪੁਲਿਸ ਹੈ, ਵਿਜੀਲੈਂਸ ਹੈ, ਮਿਸਯੂਜ਼ ਹੋ ਰਿਹਾ ਮੇਰੇ ਨਾਮ ਦਾ ਹੋ ਰਿਹਾ, ਕੁਛ ਇਨਫੋਰਮੇਸ਼ਨ ਆ ਰਹੀਆਂ ਨੇ, ਪਰ ਸਰਕਾਰ ਨੂੰ ਅਵੇਅਰ ਕਰਾ ਦਿੱਤਾ ਗਿਆ, ਇਹਨਾਂ ਦਾ ਇਹੋ ਜਿਹੇ ਲੋਕਾਂ ਦਾ ਇਲਾਜ ਵੀ ਸਰਕਾਰੀ ਹੀ ਹੋਏਗਾ, ਇਲਾਜ ਵੀ ਸਰਕਾਰੀ ਹੋਏਗਾ। ਜਿਹੜਾ SDM ਲੈਵਲ ਤੇ ਬਹੁਤ ਦਰਖਾਸਤਾਂ ਪੈਂਡਿੰਗ ਪਈਆਂ, ਖਾਸ ਕਰਕੇ ਬਜ਼ੁਰਗਾਂ ਦੀਆਂ, ਕੱਲਾ ਪਟਿਆਲਾ 'ਚ ਨਹੀਂ ਗਿਆ, ਜਾਂਚ ਕੀਤੀ ਜਾਏ, ਇਹ ਜਾਂਚ ਦਾ ਵਿਸ਼ੇ ਵੀ, ਇਹ ਜਾਂਚ ਦਾ ਵਿਸ਼ੇ ਵੀ, ਜਿਹੜੀ ਪਟਿਆਲਾ 'ਚ ਇਸ ਟਾਈਮ SDM ਮੈਂ ਨਾਭਾ ਨੂੰ ਪੁੱਛਿਆ, ਉਹਨਾਂ ਦੇ ਕਹਿੰਦੇ 3-4 ਮੈਟਰ ਪਏ ਨੇ, ਕਿਉਂਕਿ ਦੇਖੋ ਡਿਪੈਂਡ ਕਰਦਾ ਸੀਨੀਅਰ ਅਫਸਰ 'ਤੇ, ਸੀਨੀਅਰ ਅਫਸਰ ਅੱਛਾ ਹੋਵੇ ਤਾਂ ਉੱਥੇ ਮਾਹੌਲ ਕਦੀ ਵੀ ਖਰਾਬ ਨਹੀਂ ਹੋ ਸਕਦਾ। ਜਿੰਨਾ ਕੁ ਮੈਂ ਜਾਣਦੀ ਹਾਂ, ਮੇਰਾ ਬਹੁਤ ਸਾਰੇ ਹੁਣ ਅਫਸਰਾਂ ਦੀ ਮੇਰੇ ਕੋਲ ਇੱਕ ਰਿਪੋਰਟ ਹੈ, ਜਿਹਦੇ ਬਾਰੇ 'ਚ ਮੈਂ CM ਸਾਹਿਬ ਨਾਲ ਵੀ ਗੱਲ ਕੀਤੀ ਹੈ, ਮੁੱਖ ਮੰਤਰੀ ਸਾਹਿਬ ਨੂੰ ਲਾਸਟ ਵੀਕ ਮਿਲੀ ਸੀ, ਫਰੀ ਹੈਂਡ ਦਿੱਤਾ ਉਹਨਾਂ ਨੇ, ਹੁਣ ਦੇਖਦੇ ਹਾਂ। ਠੀਕ ਹੈ, ਬਹੁਤ ਸਾਰੇ ਜਿਹੜੇ IPS ਆਫੀਸਰ ਨੇ, IAS ਆਫੀਸਰ ਨੇ, ਬਹੁਤ ਹੀ ਅੱਛਾ ਕੰਮ ਕਰ ਰਹੇ ਨੇ, ਬਹੁਤ ਹੀ, ਪਰ ਥੱਲੜੇ ਲੈਵਲ ਤੇ ਕਿਤੇ ਨਾ ਕਿਤੇ ਕਮੀਆਂ ਨੇ। ਮਾਤਾ ਸਵਰਨ ਕੌਰ ਦੇ ਮਾਮਲੇ ਵਿੱਚ ਹੁਣ ਜਿਹੜਾ ਤੁਹਾਡਾ ਅਗਲਾ ਐਕਸ਼ਨ ਕੀ ਹੈ? ਇਸੇ ਮਾਮਲੇ 'ਚ ਦੇਖੋ, ਜੋ ਪੁਲਿਸ ਨੇ ਕਰਨਾ ਸੀ FIR ਕਰਤੀ, SP ਮੈਡਮ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਰੇਡ ਮਾਰੋ,
ਇਹ ਹੁਣ ਕਰੇਗੀ ਪੁਲਿਸ ਆਪਣੀ ਕਾਰਵਾਈ ਕਰੇਗੀ, ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਏਗਾ। ਪੰਚਾਇਤ ਨੇ ਕੀ ਦੱਸਿਆ ਪਾਖਾ? ਪੰਚਾਇਤ ਪਹਿਲਾਂ ਕਹਿ ਰਹੀ ਸੀ ਵੀ ਮੈਡਮ ਵੱਲੋਂ ਵੀਡੀਓ ਵਾਇਰਲ ਕਰ ਦਿੱਤੀ ਹੈ, ਦੂਜਾ ਪੱਖ ਨਹੀਂ ਸੁਣ ਰਿਹਾ। ਮੈਡਮ ਕੋਈ ਵੀਡੀਓ ਵਾਇਰਲ ਨਹੀਂ ਕਰਦੀ, ਇਹ ਮੈਡਮ ਦਾ ਕੰਮ ਨਹੀਂ ਹੈ ਵੀਡੀਓ ਵਾਇਰਲ ਕਰਨਾ। ਇਹ ਮੀਡੀਆ ਇੱਕ ਆਈਨਾ ਦਿਖਾਉਂਦੀ ਹੈ, ਸਮਾਜ ਦਾ ਇੱਕ ਰੂਪ ਦਿਖਾ ਰਹੀ ਹੈ। ਮੀਡੀਆ ਬਹੁਤ ਅੱਛਾ ਕੰਮ ਕਰ ਰਹੀ ਹੈ, ਮੈਡਮ ਨੂੰ ਕੋਈ ਜ਼ਰੂਰਤ ਨਹੀਂ, ਮੈਡਮ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕੰਮ ਕਰਦੀ ਹੈ। ਮੈਡਮ ਨੇ ਕਦੀ ਵੀ ਦੋ ਪੱਖਾਂ ਨੂੰ ਸੁਣੇ ਬਿਨਾਂ ਨਾ ਪੁਲਿਸ ਕਰਦੀ ਹੈ, ਨਾ ਡੀਸੀ ਸਾਹਿਬ, ਨਾ ਕਮਿਸ਼ਨ। ਔਰ ਆਪਾਂ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕੰਮ ਕਰਦੇ ਹਾਂ। ਅੱਜ ਉਹਨਾਂ ਦੇ ਬੇਟੇ ਨੂੰ ਕੋਈ ਆਪਣਾ ਨੁਮਾਇੰਦਾ ਭੇਜਦੇ, ਆਪਣਾ ਪੱਖ ਰੱਖਦੇ, ਪੰਚਾਇਤ ਆਉਂਦੀ। ਜੇ ਪੰਚਾਇਤ ਨੂੰ ਲੱਗਦਾ ਹੈ, ਮੋਸਟ ਆਫ ਦੀ ਪੰਚਾਇਤਾਂ ਸਰਪੰਚਾਂ ਨੂੰ ਹੀ ਨਹੀਂ ਪਤਾ ਇਨਫਲੂਐਂਸ ਹੋ ਰਹੇ ਨੇ, ਪਾਰਸ਼ਲ ਹੋ ਰਹੇ ਨੇ। ਇਹਨਾਂ 'ਤੇ ਵੀ ਹੁਣ ਆਪਾਂ ਇੱਕ ਦੇਖਾਂਗੇ, ਰਿਪੋਰਟਾਂ ਮੰਗਾਵਾਂਗੇ, ਕਰਾਂਗੇ ਜਿੰਨਾ ਵੱਧ। ਮੈਂ ਸਾਰਾ ਪੰਜਾਬ ਨਹੀਂ ਠੀਕ ਕਰ ਸਕਦੀ, ਪਰ ਬਹੁਤ ਕੁਛ ਠੀਕ ਕਰਨ ਦਾ ਮਾਦਾ ਰੱਖਦੀ ਹਾਂ, ਕਰਾਂਗੀ, ਕੋਸ਼ਿਸ਼ ਜਾਰੀ ਰਹੇਗੀ। ਕੁਛ ਨਾ ਕੁਛ ਇਹਦਾ ਪੋਜ਼ੀਟਿਵ ਰਿਜ਼ਲਟ ਨਿਕਲ ਕੇ ਆਏਗਾ, ਕਿਉਂਕਿ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਅਫਸਰ ਅੱਛੇ ਨੇ ਜਿਹੜੇ ਵਾਕਈ ਹੀ ਕਮਿਸ਼ਨ ਨੂੰ ਸਪੋਰਟ ਕਰ ਰਹੇ ਨੇ, ਕੰਮ ਕਰਦੇ ਨੇ, ਔਰ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਲਿਮਿਟੇਸ਼ਨਸ ਕਿੰਨੀਆਂ ਨੇ, ਕਮਿਸ਼ਨ ਦਾ ਕਿੰਨਾ ਕੁ ਰੋਲ ਹੈ। ਉਹ ਸਾਡੇ ਹੁਣ ਰਾਈਟ ਹੈਂਡ ਬਣੇ ਹੋਏ ਨੇ, ਬਹੁਤ ਅੱਛੇ ਰਿਜ਼ਲਟਸ, ਇੱਕਦਮ ਜਾਦੂ ਦੀ ਛੜੀ ਕਿਸੇ ਕੋਲ ਵੀ ਨਹੀਂ ਹੈ। ਮੈਂ ਵੀ ਸਭ ਕੁਛ ਨਹੀਂ ਠੀਕ ਕਰ ਸਕਦੀ। ਦੇਖੋ, ਸਾਡੀ ਵੀ ਇਨਵੈਸਟੀਗੇਸ਼ਨ ਏਜੰਸੀ ਹੈ, ਪੁਲਿਸ ਹੈ, ਐਡਮਿਨਿਸਟ੍ਰੇਸ਼ਨ ਹੈ। ਡਿਪੈਂਡ ਕਰਦਾ ਹੈ ਡਿਸਟ੍ਰਿਕਟ ਟੂ ਡਿਸਟ੍ਰਿਕਟ। ਅਫਸਰ ਵੀ ਕਿੰਨਾ ਕੁ ਇੱਕ ਆਪਣੀ ਕੰਮ ਨੂੰ ਆਪਣੀ ਇਮੋਸ਼ਨਸ ਨਾਲ ਰਿਲੇਟ ਕਰਕੇ ਕਰਨਾ ਚਾਹੁੰਦਾ, ਪਬਲਿਕ ਨੂੰ ਜਵਾਬਦੇਹੀ ਬਣਦੀ ਹੈ। ਮੈਡਮ, ਜਿਸ ਤਰ੍ਹਾਂ ਮਹਿਲਾ ਮੈਡਮ ਦੇਖੋ, ਇਹ ਇਨਵੈਸਟੀਗੇਸ਼ਨ ਹੁਣ ਪੁਲਿਸ ਦਾ ਜੋ ਕੰਮ ਸੀ, ਇੱਕ ਆਰੋਪ ਇਹੋ ਜਿਹਾ ਸੀ, ਇਨਸਾਨੀਅਤ ਤੇ ਮਾਰੇ। ਜਿਹੜੀ ਫਸਟ ਕਾਰਵਾਈ ਬਣਦੀ ਸੀ ਐਫ ਆਈ ਆਰ ਪਰਚਾ ਪੁਲਿਸ ਨੇ ਦਰਜ ਕਰ ਲਿਆ। ਹੁਣ ਸਾਡੇ ਅਫਸਰ ਇਹਦੀ ਇਨਵੈਸਟੀਗੇਸ਼ਨ ਕਰਨਗੇ ਕਿ ਇਹਦੇ 'ਚ ਕਿੰਨੀ ਕੁ ਸੱਚਾਈ ਹੈ। ਰਿਪੋਰਟ ਆਏਗੀ, ਦੂਜੇ ਪੱਖ ਨੂੰ ਜ਼ਰੂਰ ਸੁਣਿਆ ਜਾਏਗਾ, ਪਰ ਮਾਤਾ ਦੀ, ਇੱਕ ਬਜ਼ੁਰਗ ਮਾਤਾ ਨੂੰ ਦੇਖਦੇ ਹੋਏ, ਜੋ ਉਹਨਾਂ ਨੇ ਐਲੀਗੇਸ਼ਨ ਲਾਇਆ, ਇਨਸਾਨੀਅਤ ਨੂੰ ਦੇਖਦੇ ਹੋਏ ਪੁਲਿਸ ਨੇ ਆਪਣਾ ਸਹੀ ਰੋਲ ਨਿਭਾਇਆ। ਜੋ ਕਮਿਸ਼ਨ ਨੇ ਇੰਸਟਰਕਸ਼ਨਸ ਦਿੱਤੀਆਂ ਸੀ, ਇਨਕੁਆਇਰੀ ਹੋਏਗੀ, ਦੂਜੇ ਪੱਖ ਨੂੰ ਪੂਰਾ ਸੁਣਿਆ ਜਾਏਗਾ। ਸਾਹਮਣੇ ਆਉਣਾ ਚਾਹੀਦਾ ਹੈ, ਘਰ ਛੋੜ ਕੇ ਭੱਜ ਜਾਣਾ ਇਹ ਸਭ ਨਹੀਂ ਹੋਣਾ ਚਾਹੀਦਾ। ਆਪਣੇ ਘਰਾਂ ਦਾ ਸਮਾਜਿਕ ਤਾਨਾ ਬਾਨਾ ਲੋਕ ਖੁਦ ਠੀਕ ਕਰਨ। ਦੇਖੋ, ਹੁਣ ਐਸ ਪੀ ਮੈਡਮ ਕਾਰਵਾਈ ਕਰਨਗੇ, ਰੇਡ ਮਾਰਨ ਨੂੰ ਕਿਹਾ ਉਹਨਾਂ ਦੇ ਰਿਸ਼ਤੇਦਾਰ, ਐਟਲੀਸਟ ਸਾਹਮਣੇ ਆਉਣ। ਇਹ ਐਸ ਡੀ ਐਮ ਦੇ ਆਰੋਪ ਹੈ, ਇਹ ਪੁਲਿਸ ਦੇ ਆਰੋਪ ਨਹੀਂ ਹੈ, ਐਸ ਡੀ ਐਮ ਸਾਹਿਬ ਦੇ ਆਰੋਪ ਨੇ। ਇਨਕੁਆਇਰੀ ਹੋਏਗੀ, ਮੈਂ ਸਭ ਤੋਂ ਪਹਿਲਾਂ ਕਿਹਾ ਐਸ ਡੀ ਐਮ ਦਾ ਮੈਂ ਪੂਰਾ ਡਾਟਾ ਚੈੱਕ ਕਰਾਂਗੀ ਕਿ ਕਿੱਥੇ ਕਮੀ ਰਹਿ ਗਈ। ਹੁਣ ਪੂਰੇ ਪੰਜਾਬ ਵਿੱਚ ਜਿੰਨੇ ਐਸ ਡੀ ਐਮ ਕੰਮ ਕਰ ਰਹੇ ਨੇ, ਸਭ ਦੀ ਰਿਪੋਰਟਾਂ ਆਉਣ, ਕਿਉਂਕਿ ਇਸ ਟਾਈਮ ਨੰਬਰਸ ਆਫ ਕੇਸ ਮੋਸਟ ਆਫ ਦਾ ਸੀਨੀਅਰ ਸਿਟੀਜ਼ਨ ਦੇ ਖੋਪ ਲੈ ਕੇ ਮੇਰੇ ਕੋਲ ਆ ਰਹੇ ਨੇ। ਇਹ ਜਿਹੜਾ ਸਮਾਜਿਕ ਤਾਨਾ ਬਾਨਾ ਹੈ, ਲਿਮਿਟਿਡ ਰੋਲ ਹੈ ਪੁਲਿਸ ਡਿਪਾਰਟਮੈਂਟ ਦਾ, ਪਰ ਜਿਹੜੀ ਡਿਊਟੀ ਐਡਮਿਨਿਸਟ੍ਰੇਸ਼ਨ ਦੀ ਜਿੱਥੇ ਬਣਦੀ ਹੈ ਉੱਥੇ ਕਮਿਸ਼ਨ ਨਜ਼ਰ ਰੱਖੇਗਾ। ਜਿੱਥੇ ਪੇਚ ਕੱਸਣ ਦੀ ਜ਼ਰੂਰਤ ਹੋਏਗੀ, ਆਪਾਂ ਉਹਨਾਂ 'ਤੇ ਸ਼ਿਕੰਜਾ ਵੀ ਕੱਸਾਂਗੇ, ਸਰਕਾਰ ਤੱਕ ਰਿਪੋਰਟ ਪਹੁੰਚਾਵਾਂਗੇ। ਮੈਂ ਹਰ ਜਗ੍ਹਾ ਜਾ ਕੇ, ਮੇਰਾ ਕੰਮ ਹੀ, ਮੈਂ ਸੜਕ 'ਤੇ ਆਪਣੀ ਗੱਡੀ ਰੋਕ ਕੇ ਜਿੱਥੇ ਮੈਨੂੰ ਕੋਈ ਪ੍ਰੋਬਲਮ ਵਿੱਚ ਮੇਰਾ ਹੈ, ਜਦ ਤੱਕ ਮਨੀਸ਼ਾ ਗੁਲਾਟੀ ਪੂਰਾ ਪੰਜਾਬ ਠੀਕ ਨਹੀਂ ਕਰ ਸਕਦੀ, ਪਰ ਜੋ ਕਰ ਸਕਦੀ ਹਾਂ ਇਮਾਨਦਾਰੀ ਨਾਲ ਕਰਾਂਗੀ, ਸਭ ਨੂੰ ਮਿਲ ਕੇ ਸੁਣ ਕੇ ਜਾਵਾਂਗੇ। ਦੇਖੋ, ਰੋਜ਼ਾਨਾ ਤੇ ਸਾਡੇ ਕੋਲ ਇਸ ਟਾਈਮ 200 ਤੋਂ 300 ਕੰਪਲੇਂਟ ਆ ਰਹੀਆਂ ਨੇ, 6000 ਕੰਪਲੇਂਟਸ ਪਈਆਂ ਹੋਈਆਂ ਮੇਰੇ ਕੋਲ, 17 ਤੋਂ 18 ਹਜ਼ਾਰ ਵਟਸਐਪ ਪਏ ਹੋਏ ਨੇ ਓਫਿਸ਼ੀਅਲ 'ਤੇ। ਬੜਾ ਮੁਸ਼ਕਿਲ ਹੋ ਰਿਹਾ। ਸੀ ਐੱਮ ਸਾਹਿਬ ਨੂੰ ਇੱਕ ਰਿਕੁਐਸਟ ਕੀਤੀ ਗਈ ਹੈ ਸਟਾਫ ਦੇਣ ਦੀ, ਕੁਛ ਫੰਡਸ ਦੇਣ ਦੀ। ਸਾਡੇ ਕੋਲ ਲਿਮਿਟਿਡ ਫੰਡ ਹੈ, ਲਿਮਿਟਿਡ ਸਟਾਫ ਹੈ। ਉਮੀਦ ਹੈ ਆਉਣ ਵਾਲੇ ਟਾਈਮ ਵਿੱਚ ਚੀਜ਼ਾਂ ਠੀਕ ਹੋ ਜਾਣਗੀਆਂ, ਸਟਾਫ ਵੀ ਮਿਲ ਜਾਏਗਾ ਅਤੇ ਸਪੀਡ ਪਕੜੇਗਾ। ਪਰ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਇੱਕਦਮ ਘੁਮਾ ਕੇ। ਲੋਕ ਸ਼ੁੱਕਰਵਾਰ ਕੰਪਲੇਂਟ ਦਿੰਦੇ ਨੇ, ਐਤਵਾਰ ਪੁੱਛਦੇ ਨੇ ਕੀ ਕੀਤਾ ਅਤੇ, ਪਰ ਲੋਕਾਂ ਦੀ ਉਮੀਦ 'ਤੇ ਖਰੇ ਉਤਰਾਂਗੇ। ਪੁਲਿਸ ਬਹੁਤ ਸਹਿਯੋਗ ਕਰ ਰਹੀ ਹੈ, ਜਿੱਥੇ ਅੱਛੇ ਅੱਛੇ ਅਫਸਰ ਇਸ ਚੀਜ਼ ਨੂੰ, ਪ੍ਰੋਬਲਮ ਨੂੰ ਸਮਝਦੇ ਨੇ ਕਿ ਲੋਕ ਇੱਕ ਹੋਪ ਲੈ ਕੇ ਆ ਰਹੇ ਨੇ। ਉਮੀਦ ਹੈ ਆਉਣ ਵਾਲੇ ਟਾਈਮ ਵਿੱਚ ਚੀਜ਼ਾਂ ਠੀਕ ਹੋਣਗੀਆਂ। ਤੁਹਾਨੂੰ ਨਾ ਇੱਕ ਸਮਝਣਾ ਪਏਗਾ ਅਤੇ ਸਮਝਾਉਣਾ ਪਏਗਾ ਕਿ ਕਮਿਸ਼ਨ ਕੋਲ ਕੀ, ਕਮਿਸ਼ਨ ਠੀਕ ਕਰ ਸਕਦਾ। ਕਮਿਸ਼ਨ ਉਹ ਰੋਸ਼ਨੀ ਹੈ ਜਿੱਥੇ ਲੋਕਾਂ ਦੇ ਕੋਨਸਟੀਟਿਊਸ਼ਨਲ ਰਾਈਟਸ ਦਾ ਹਨਨ ਹੋ ਰਿਹਾ, ਜਾਂ ਉੱਥੇ ਜਿੱਥੇ ਉਹਨਾਂ ਦੇ ਅਧਿਕਾਰਾਂ ਦਾ ਮਿਸਯੂਜ਼ ਹੋ ਰਿਹਾ, ਕਮਿਸ਼ਨ ਉੱਥੇ। ਕਮਿਸ਼ਨ ਕੋਰਟ ਕੇਸਾਂ 'ਚ ਕੁਛ ਨਹੀਂ ਕਰ ਸਕਦਾ, ਕਮਿਸ਼ਨ ਪ੍ਰੋਪਰਟੀ ਦੇ ਕੇਸਾਂ 'ਚ, ਸਿਵਿਲ ਕੋਰਟ ਦੇ ਜਿਹੜੇ ਮੈਟਰ ਨੇ, ਕੁਛ ਨਹੀਂ ਕਰ ਸਕਦਾ। ਪਰ ਕਮਿਸ਼ਨ ਜਿੱਥੇ ਔਰਤਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਉਹਨਾਂ ਦੇ ਰਾਈਟਸ ਦਾ ਉਹਨਾਂ ਨੂੰ ਪਤਾ ਨਹੀਂ ਹੈ, ਮਿਸਯੂਜ਼ ਹੋ ਰਿਹਾ, ਜਿੱਥੇ ਪੁਲਿਸ ਸਹਿਯੋਗ ਨਹੀਂ ਕਰ ਰਹੀ, ਉੱਥੇ ਆਪਾਂ ਮਿਲ ਜੁਲ ਕੇ ਉਹਨਾਂ ਦੇ ਨਾਲ।